ਹਾਂਜੀ ਮਿੱਤਰੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ, ਅਤੇ ਕਬੂਤਰ ਵੀ ਬਾਈਆਂ ਦੇ ਠੀਕ ਠਾਕ ਹੋਣਗੇ ਠੰਡ ਕਰਕੇ ਬਾਈ। ਅਤੇ ਆ ਜਾਓ ਬਈ, ਆਪਾਂ ਤੁਹਾਨੂੰ ਕਬੂਤਰਾਂ ਦਾ ਸ਼ੌਕ ਕਰਾਉਂਦੇ ਹਾਂ। ਐਤਕੀ ਦੇ ਸੀਜ਼ਨ ਵਾਲੇ ਛੱਡਣ ਵਾਲੇ ਆ ਬਾਈ ਜਾਦੂ ਦੇ, ਆਪਣੇ ਪਿੰਡੋਂ ਹੀ ਆ ਮੁੰਡਾ, ਅਤੇ ਜੁਆਇੰਟ ਰੱਖੇ ਹੋਇਆ ਬਾਈ ਲਖਵੀਰੀ ਨਾਲ, ਅਤੇ ਵਧੀਆ ਕਬੂਤਰ ਆ ਬਾਈ, ਬੰਦੇ ਨਵੇਂ ਰੱਖੇ ਆ, ਪਰ ਲਖਵੀਰੀ ਨੂੰ ਤਾਂ ਬਹੁਤ ਟਾਈਮ ਤੋਂ ਹੀ ਸ਼ੌਕ ਆ। ਅਤੇ ਆਪਣੇ ਨਾਲ ਕਬੂਤਰ ਵੀ ਡਾਏ ਆ ਨੇ, ਬਹੁਤ ਟਾਈਮ ਪਹਿਲਾਂ ਇਕੱਠਿਆ ਨੇ 2008 'ਚ, ਅਤੇ ਹੁਣ ਦੁਬਾਰਾ ਰੱਖਿਆ ਨੇ ਘਰੇ। ਅਤੇ ਕਬੂਤਰ ਬਹੁਤ ਚੰਗੇ ਆ ਬਈ, ਬੱਚੇ ਇਹਨਾਂ ਦੇ ਗਰਮੀਆਂ 'ਚ ਐਤ ਕਿ ਪੂਰਾ ਹੀ ਚੰਗਾ ਉੱਡਿਆ, ਅਤੇ ਸਾਰੇ ਛੱਡਣ ਵਾਲੀ ਆ, ਅਤੇ ਆਪਾਂ ਤੁਹਾਨੂੰ ਸ਼ੌਕ ਕਰਾਉਂਦੇ ਹਾਂ। ਅਤੇ ਕਬੂਤਰ ਕਿਵੇਂ ਲੱਗੇ ਕਮੈਂਟ ਕਰਕੇ ਦੱਸਿਓ ਭਰਾ, ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਰਹੋ, ਅਤੇ ਬਾਕੀ ਹੋਰ ਵੀ ਆਪਾਂ ਨੌਲੇਜ ਵਾਲੀਆਂ ਵੀਡੀਓ ਪਾਉਂਦੇ ਰਿਹਾ ਕਰਾਂਗੇ। ਅਤੇ ਆਪਣੇ ਚੈਨਲ ਨਾਲ ਜੁੜੋ ਜੋ ਭਰਾ ਨਵੇਂ ਨੇ, ਅਤੇ ਆ ਜਾਓ ਆਪਾਂ ਤੁਹਾਨੂੰ ਕਰਾਉਂਦੇ ਹਾਂ ਸ਼ੌਕ। ਲਓ ਮਿੱਤਰੋ, ਕਰੋ ਸ਼ੌਕ। ਚਿੱਟੀ ਦੇ ਵਿੱਚ ਕਾਲਾ ਟੱਕ ਪੈਂਦਾ, ਇੱਧਰਲੀ ਵਾਲੀ ਅੱਖਾਂ, ਇਹ ਵੀ ਛੱਡਣ ਵਾਲੀ ਆ ਡਾਠਾ। ਅਤੇ ਕਬੂਤਰ ਦਾ ਸ਼ੌਕ ਕਰੋ ਬਈ, ਡੰਡਾ ਪੈਂਦਾ ਬਈ ਇਹਦੇ ਵਿੱਚ ਪੂਸ ਦੇ, ਬਾਬੇ ਗੁਰਦੇਵ ਵਾਲੇ ਕਬੂਤਰਾਂ 'ਚੋਂ ਥੱਲੋਂ ਦਿਖਾ ਦੇ ਪੈਰ। ਸਹੀ ਆ, ਅਤੇ ਆਹ ਕਬੂਤਰ ਦੀ ਅੱਖ ਬਈ, ਛੱਡਣਾ ਬਾਈਆਂ ਨੇ। ਅਤੇ ਬਾਕੀ ਹੈ ਬਾਈ, ਜਦੋਂ ਬਾਈਆਂ ਛੱਡੇ ਆਪਾਂ ਉਦੋਂ ਵੀ ਇਹਨਾਂ ਦੀ ਵੀਡੀਓ ਬਣਾਵਾਂਗੇ। ਅਤੇ ਬਾਕੀ ਬਾਈ ਨਵੇਂ ਬੰਦੇ ਆ, ਚੱਲ ਬੰਦੇ ਨੂੰ ਐਂ ਹੁੰਦਾ ਯਾਰ, ਅਤੇ ਹੋਰ ਅਗਲਾ ਮਿਹਨਤ ਕਰਦਾ ਜਦੋਂ ਜਾਨਵਰ ਚੰਗੇ ਹੋਣ। ਅਤੇ ਕੋਈ ਬਾਹਲੇ ਵੱਡੇ ਖਿਡਾਰੀਆਂ ਤੋਂ ਨਹੀਂ ਬਾਈ ਕੂਤੀ, ਦੂਜਾ ਦਿਖਾ ਲਈ ਘੁੰਮਣ ਲਾ। ਲਓ ਮਿੱਤਰੋ, ਇੱਕ ਹੋਰ ਆ ਗਿਆ, ਇਹ ਡੱਬੀ ਨੋਕ ਆ ਬਾਈ ਇਹਦੀ, ਅਤੇ ਇਹ ਵੀ ਅਮਣ ਲਈ ਆ, ਇਹ ਵੀ ਸੇਮ ਹੀ ਅੱਖ ਹੈ ਇਹਦੀ ਵੀ, ਇੱਧਰਲੀ ਕਾਲੀ ਇੱਧਰਲੀ ਚਿੱਟੀ। ਅਤੇ ਆਹ ਦੇਖ ਸਕਦੇ ਹੋ ਕਬੂਤਰ, ਅਤੇ ਕਬੂਤਰ ਦੇ ਪਰ ਦੇਖ ਲਓ, ਪਰ ਖੁੱਲੀ ਪੁੱਠਾ ਕਰ, ਆਹ ਬਈ। ਅਤੇ ਇੱਕ ਬਾਈ ਹੋਰ, ਆਪਾਂ ਨੂੰ ਜਿੰਨੀ ਕੁ ਨੌਲੇਜ ਹੈਗੀ, ਜਿਹੜੇ ਕਬੂਤਰਾਂ ਦੇ ਜ਼ਿਆਦਾ ਚੌੜੇ ਚੌੜੇ ਪਰ ਹੁੰਦੇ ਆ, ਅਤੇ ਉਹ ਗੋਲ ਘੇਰਿਆਂ ਦੇ ਵੱਧ ਹੁੰਦੇ, ਇਹ ਸਾਡੇ ਕੋਲ ਇਹ ਦੇਖਿਆ ਅਸੀਂ। ਅਤੇ ਆਹ ਜਿਹੜੇ ਕਬੂਤਰ, ਇਹ ਆਲਰਾਊਂਡਰ, ਮਤਲਬ ਕਿ ਆਉਣੀ ਜਾਣੀ ਕਰਦੇ ਆ, ਪੱਲੇ ਵਧੀਆ ਇਹਨਾਂ ਦੇ, ਅਤੇ ਉਹ ਥੋੜ੍ਹਾ ਜਿਹਾ ਮਤਲਬ ਵੀ ਹੁੱਬ ਕੇ ਵੱਧ ਉੱਡਦੇ ਆ ਗੋਲ ਘੇਰਿਆਂ 'ਤੇ ਹੋ ਗਏ। ਬਹੁਤ ਵਧੀਆ ਜਾਨਵਰ ਆ ਬਾਈ, ਅਤੇ ਦੱਸਿਓ ਭਰਾ ਕਿਵੇਂ ਲੱਗੇ ਜਾਨਵਰ? ਅਤੇ ਆਹ ਬਈ ਬੱਚਾ, ਅੱਖ ਦੇਖੋ ਬਈ ਇਹਦੀ, ਲੀਲੀ ਭਮਕ ਪੈਂਦੀ ਬਈ ਅੱਖ 'ਚ, ਬੱਚਾ ਬਈ ਛੋਟਾ ਜਿਹਾ, ਅਤੇ ਬਰਾਊਨ ਜੀ ਨੋਕ ਇਹਦੀ, ਇੱਧਰਲੀ ਚਿੱਟੀ ਆ, ਅਤੇ ਉੱਧਰਲੀ 'ਚ ਲੀਲੀ ਜੀ ਭਮਕ ਪੈਂਦੀ, ਆਹ ਦੇਖੋ ਡਿਫਰੈਂਟ ਅੱਖ ਆ ਬਈ ਬੱਚੇ ਦੀ। ਅਤੇ ਸਿਰ 'ਤੇ ਚੁੱਟ ਆ ਗਏ ਇਹਦੇ, ਬਾਕੀ ਕਬੂਤਰਾਂ ਨੇ ਕੁੱਟਿਆ ਇਹਨੂੰ। ਅਤੇ ਆਹ ਇਹਦੇ ਪੱਲੇ ਆ, ਅਤੇ ਹੁਣ ਆਪਾਂ ਬਾਈ ਕੰਟੀਨਿਊ ਕੰਮ ਚਲਾਵਾਂਗੇ, ਵਧੀਆ ਵਧੀਆ ਕਬੂਤਰਾਂ ਦਾ ਸ਼ੌਕ ਕਰਾਉਂਦੇ ਰਹਾਂਗੇ। ਅਤੇ ਬਹੁਤ ਜਲਦੀ ਆਪਾਂ ਬਾਈ ਆਪਣੇ ਦੀ ਵੀ ਵੀਡੀਓ ਬਣਾਵਾਂਗੇ ਚੰਗਾ ਵਾਲੇ ਦੀ, ਆਪਣੀ ਗੱਲ ਚੱਲ ਰਹੀ ਆ, ਅਤੇ ਪੂਰੀ ਇੰਟਰਵਿਊ ਕਰਾਂਗੇ ਬਾਈ ਦੀ।
ਤੇ ਇੱਕ ਨਾ ਬਾਈ ਆਪਾਂ ਤੁਹਾਨੂੰ ਦਿਖਾਉਣਾ ਸੀ ਐਸੇ ਜਦੋਂ ਕਢਾਇਆ ਸੀ ਅਗਸਤ 'ਚ ਭਾਦੋਂ ਜੀ 'ਚ ਲਏ ਸੀ ਇਹ ਬੱਚੇ ਬਾਈ, ਅਤੇ ਉਹਨੂੰ ਘਰੇ ਖਿਜਾਉਂਦੀ ਸੀ ਨਾ, ਇਹ ਬਹੁਤ ਚੰਗਾ ਉੱਡਿਆ, ਫੁੱਲ ਹੀ ਚੰਗਾ ਉੱਡਿਆ, ਅਤੇ ਇੱਕ ਦਿਨ ਸਵੇਰੇ ਛੱਡਤਾ, ਲੰਗੜ ਪੈ ਗਿਆ ਇਹਨੂੰ, ਲੰਗੜ ਨੇ ਬਾਈ ਇਹਨੂੰ ਪਾੜਤਾ ਜਮੀ, ਅਤੇ ਫਿਰ ਵੀ ਫਿਰਦਾ ਫਿਰਦਾ ਹੀ ਬਾਈ 3 ਵਜਾ ਗਿਆ ਘਰੇ, ਉਵੇਂ ਲਹੂ ਲਹੂ ਨਿਕਲਿਆ ਗਿਆ, ਐਂ ਨਹੀਂ ਸੀ ਵੀ ਬਚੂਗਾ ਇਹ, ਪਰ ਬਚ ਗਿਆ ਬਾਈ। ਬਾਕੀ ਜਾਨਵਰ ਬੰਦਾ ਕੁਛ ਵੀ ਹੈ ਬਾਈ, ਜਿਹਦੀ ਵਧੀਆ ਉਹਨੂੰ ਕੋਈ ਨਹੀਂ ਮਾਰ ਸਕਦਾ, ਜਿਹਦੀ ਪਰਮਾਤਮਾ ਨੇ ਜਿੰਨਾ ਚਿਰ ਸਾਹ ਲਿਖਿਆ, ਦਿਖਾਈ ਦਾ ਪੱਟ ਕਿੱਥੋਂ ਪੜਿਆ ਜਦੋਂ। ਅਤੇ ਆਹ ਦੇ ਬਾਈ ਇਹ ਕੋਈ ਬਾਹਲਾ ਇਹਦਾ ਫਾਰਮੂਲਾ ਨਹੀਂ ਕਰਿਆ ਬਾਈ, ਹਲਦੀ ਤਿਲਤਾ ਕਰਕੇ ਲਾਈ ਹੈ, ਇਸ ਟਾਈਮ ਜੁੜ ਚੁੱਕੀ ਹੈ ਵਧੀਆ ਫੈਟ ਆ ਕਬੂਤਰ, ਅਤੇ ਬਾਜੀ ਛੱਡਣਾ ਹੈ ਮੂਹਰੇ, ਇਹ ਹੈਗਾ ਬਾਈ। ਅਤੇ ਉੱਡਣਾ ਬਾਈ ਇਹਦਾ ਰਿਕਾਰਡ ਹੀ ਆ, ਡਾਈਓ ਵੀ ਬੜੀ ਖਤਰਨਾਕ ਆ, ਠੰਡੀ ਡਾਈ ਆ, ਮਾਰਦਾ ਰੱਖ ਰੱਖ ਪੱਲੇ, ਉਸਤੀ ਘੁੰਮਦਾ ਟੋਕਰੇ ਜਿਹਨੇ ਥਾਂ 'ਚ। ਇੱਕ ਖੰਭ ਪੂਛ ਵਾਲਾ ਬਾਈ ਇਹਦੇ ਸਿਰੇ ਵਾਲਾ, ਦੇਖ ਸਕਦੇ ਹੋ। ਅਤੇ ਬਾਕੀ ਬਾਈ ਆਪਾਂ ਨੂੰ ਜਿੱਥੋਂ ਤੱਕ ਨੌਲੇਜ ਹੈਗੀ, ਇਹਦੇ ਵੀ ਡੰਡਾ ਪੈਂਦਾ ਪੂਛਾਂ ਦੇ, ਇਹ ਜ਼ਿਆਦਾਤਰ ਬਾਬੇ ਗੁਰਦੇਵ ਵਾਲੇ ਕਬੂਤਰ ਆ ਜਿਹੜੇ, ਉਹਨਾਂ ਦੇ ਬਹੁਤ ਜ਼ਿਆਦਾ ਹੀ ਪੈਂਦਾ, ਜਿਹੜੇ ਉਹਨਾਂ ਦੇ ਸਹੀ ਕਬੂਤਰ ਹੈਗੇ ਨਾ, ਪੁਰਾਣੀ ਨਸਲ ਬਾਬੇ ਤਾਂ ਨੈਣਾਂ 'ਚੋਂ ਬਣਾਏ ਹੋਏ ਜਿਹੜੇ, ਉਹਨਾਂ ਦੇ ਪੈਂਦੇ ਹੀ ਪੈਂਦਾ ਹੁੰਦਾ ਡੰਡਾ। ਹਾਂ ਬੱਚਾ ਬਾਹਲਾ ਹੀ ਜ਼ਿਆਦਾ ਚੰਗਾ ਉੱਡਿਆ ਬਾਈ ਇਹ, ਅਤੇ ਹੁਣ ਫਿਰ ਇਹ ਛੱਡਣਾ ਫੈਟ ਆ ਪੂਰਾ, ਪੱਲੇ ਦੇਖੋ ਬਾਈ ਇਹਦੇ ਕਿਹੜੇ ਕਿਹੜੇ ਆ, ਵਾਹ ਜੀ ਉੱਡਦਾ ਹੀ ਲੰਗੜ ਲੱਗਦਾ, ਐਡਾ ਵੱਡਾ ਪੱਲਾ। ਚਲੋ ਮਿੱਤਰੋ, ਲਵ ਯੂ ਹੈ ਹਰੇ ਵੀਰਾਂ ਨੂੰ, ਦੱਸੋ ਜਾਨਵਰ ਕਿਵੇਂ ਲੱਗੇ ਬਾਈਆਂ ਦੇ, ਅਤੇ